ਅੱਜ ਮਟਰਾਂ ਨੂੰ ਆਖਰੀ ਸਪਰੇਅ ਕਰ ਰਹੇ ਹਾਂ ਜੀ, ਕਿਹੜੀ ਸਪਰੇਅ ਕਰਨੀ ਹੈ, ਉਹਦੀ ਲੋੜ ਕਿਉਂ ਪਈ ਅਤੇ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ, ਇਹ ਸਾਰੀਆਂ ਗੱਲਾਂ ਪਤਾ ਤੁਹਾਡੇ ਨਾਲ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਫਲੀ ਭਰਨ ਲਈ, ਦਾਣਾ ਭਰਨ ਲਈ ਬਹੁਤ ਇੰਪੋਰਟੈਂਟ ਟਾਈਮ ਹੈ, ਸਮਾਂ ਹੈ। ਅਤੇ ਅੱਜ 10 ਤਰੀਕ 12ਵਾਂ ਮਹੀਨਾ 2023 ਸਨ ਹੈ ਜਦੋਂ ਮੈਂ ਇਹ ਵੀਡੀਓ ਸ਼ੂਟ ਕਰ ਰਿਹਾ, ਅਤੇ ਸਾਨੂੰ ਇਹ ਸਪਰੇਅ ਕਰਨ ਦੀ ਲੋੜ ਤਾਂ ਪੈ ਗਈ ਕਿਉਂਕਿ ਮਟਰਾਂ ਦੇ ਵਿੱਚ ਬਰਸਾਤਾਂ ਹੋਣ ਕਰਕੇ ਨਮੀ ਥੋੜ੍ਹੀ ਜਿਹੀ ਵਧਣ ਕਰਕੇ ਉਹਨਾਂ ਨੇ ਫਲ ਵੱਧ ਚੁੱਕ ਲਿਆ, ਇਸ ਕਰਕੇ ਵੈਸੇ ਮੈਂ ਪਹਿਲਾਂ ਇਸ 'ਤੇ ਵੀਡੀਓ ਬਣਾਈਆਂ ਹੋਈਆਂ ਜੀ। ਅਤੇ ਅੱਜ ਅਸੀਂ ਕਿਹੜੀ ਸਪਰੇਅ ਕਰ ਰਹੇ ਹਾਂ ਉਹਦੇ ਬਾਰੇ ਗੱਲ ਕਰਾਂਗੇ, ਜਿਹੜੀ ਲੋੜ ਕਿਉਂ ਪਈ ਉਹਦੇ ਬਾਰੇ ਵੀ ਗੱਲ ਕਰਾਂਗੇ। ਇਸ ਸਟੇਜ 'ਤੇ ਆਣ ਕੇ ਹੇਠਾਂ ਤੋਂ ਜ਼ਮੀਨ ਹੈ ਜਿਹੜੀ ਬਹੁਤ ਜ਼ਿਆਦਾ ਖੁਰਾਕ ਦੇਣੀ ਬੰਦ ਕਰ ਦਿੰਦੀ ਹੈ, ਤਾਂ ਆਪਾਂ ਨੂੰ ਉੱਤੋਂ ਪੱਤਿਆਂ ਦੇ ਰੂਪ 'ਚ ਵਿੱਚ ਉੱਤੋਂ ਖੁਰਾਕ ਦੇਣੀ ਪੈਂਦੀ ਹੈ ਤਾਂ ਕਿ ਸਾਡੇ ਜਿਹੜੇ ਚੰਗੀ ਪ੍ਰੋਡਕਸ਼ਨ ਆ ਸਕੇ। ਅਤੇ ਹੁਣ ਇਸ ਟਾਈਮ 'ਤੇ ਜਿਹੜਾ ਪਲਾਂਟ ਹੈ ਨਾ, ਆਖਰੀ ਇਸ ਟਾਈਮ ਦੇ ਉੱਤੇ ਜਦੋਂ ਪਲਾਂਟ ਬੂਟਾ ਹੁੰਦਾ, ਉਸ ਨੂੰ ਸਾਰੇ ਤੱਤ ਥੋੜ੍ਹੀ ਥੋੜ੍ਹੀ ਮਾਤਰਾ ਦੇ ਵਿੱਚ ਚਾਹੀਦੇ ਹੁੰਦੇ ਨੇ। ਅਤੇ ਇਸ ਕਰਕੇ ਅਸੀਂ ਇੱਥੇ ਕਰ ਰਹੇ ਹਾਂ ਜੀ ICL ਦਾ 12-5-27। ਤੁਸੀਂ ਧਿਆਨ ਦੇ ਨਾਲ ਦੇਖੋ, ਕਿਸੇ ਤਰ੍ਹਾਂ ਦੀ ਭਾਅ ਜੀ ਕੋਈ ਰਿਕਮੈਂਡੇਸ਼ਨ ਨਹੀਂ ਹੈ ਜੀ, ਅਸੀਂ ਖੁਦ ਕਰ ਰਹੇ ਹਾਂ ਤਾਂ ਇਹਦੇ ਚੰਗੇ ਰਿਜ਼ਲਟ ਹੈ, ਇਸ ਕਰਕੇ ਤੁਹਾਨੂੰ ਦੱਸ ਰਹੇ ਹਾਂ। ਤੁਸੀਂ ਵਰਤਣਾ ਵਰਤੋ, ਨਹੀਂ ਵਰਤਣਾ ਨਾ ਵਰਤੋ, ਕੋਈ ਚੱਕਰ ਨਹੀਂ ਜੀ। ਇਹਦੇ ਵਿੱਚ ਸਾਨੂੰ ਕੈਲਸ਼ੀਅਮ ਵੀ ਮਿਲ ਜੂਗਾ ਜੀ, NPK ਦੇ ਸਾਰੇ ਤੱਤ, ਯੂਰੀਆ, ਡਾਇਆ ਅਤੇ ਪੋਟਾਸ਼ ਪਲੱਸ ਕੈਲਸ਼ੀਅਮ ਮਿਲ ਜੂਗਾ ਇਹਦੇ। ਇਸ ਕਰਕੇ ਰਿਜ਼ਲਟ ਜ਼ਿਆਦਾ ਵਧੀਆ ਕਿ ਦਾਣਾ ਇਹਦੇ ਨਾਲ ਬਹੁਤ ਛੇਤੀ ਤਿਆਰ ਹੁੰਦਾ, ਅਤੇ ਪਲੱਸ ਇਹ ਜਿਹੜਾ ਆਪਣਾ ਰੈਜੀਡਿਊ ਨਹੀਂ ਛੱਡਦਾ, ਇਹਦਾ ਕੋਈ ਨੁਕਸਾਨ ਨਹੀਂ ਹੈ ਜੀ। ਅਤੇ LLP ਟੈਕਨੋਲੋਜੀ ਆ, ਸਟਿੱਕਰ ਵਗੈਰਾ ਇਹਦੇ ਵਿੱਚ ਹੁੰਦਾ, ਸਾਨੂੰ ਕੁਝ ਹੋਰ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ। ਅਤੇ ਜੇ ਤੁਹਾਡੇ ਕੋਲ ਇਹ ਅਵੇਲੇਬਲ ਨਹੀਂ ਹੈਗਾ ਤਾਂ ਤੁਸੀਂ ਨੋਰਮਲ 13-045 ਵੀ ਕਰ ਸਕਦੇ ਹੋ ਜੀ, ਆਖਰੀ ਸਟੇਜ ਦੇ ਉੱਤੇ ਤੁਸੀਂ 0-050 ਵੀ ਕਰ ਸਕਦੇ ਹੋ, ਜਿਹਦੇ ਨਾਲ ਜੇ ਪੋਟਾਸ਼ੀਅਮ ਦੀ ਮਾਤਰਾ ਥੋੜ੍ਹੀ ਜਿਹੀ ਵੱਧ ਹੋਵੇ ਤਾਂ ਇਹ ਬੈਲੈਂਸ ਹੈ ਜੀ। ਇਹਦੇ 'ਚ 12% ਨਾਈਟ੍ਰੋਜਨ ਹੈ, 5% DAP ਹੈ, ਅਤੇ 27% 'ਚ ਪੋਟਾਸ਼ ਹੈ, ਅਤੇ 8% 'ਚ ਕੈਲਸ਼ੀਅਮ ਵੀ ਆਉਂਦਾ, 12-5-27 ਇਸ ਜਿਹੜਾ ਸੈਗਮੈਂਟ ਆਉਂਦਾ। ਅਤੇ ਇਸ ਕਰਕੇ ਇਹਦੇ ਰਿਜ਼ਲਟ ਹੈ ਜਿਹੜੇ ਬਹੁਤ ਸ਼ਾਨਦਾਰ ਮਿਲਦੇ ਨੇ ਜੀ, ਤੁਸੀਂ ਇਸ ਨੂੰ ਵਰਤੋਂ ਕਰਕੇ ਦੇਖ ਸਕਦੇ ਹੋ ਜੀ। ਇਹਦੇ ਅਸੀਂ ਇਸ ਤੋਂ ਪਹਿਲਾਂ ਸਟਾਰਟਰ ਵਗੈਰਾ ਦੇ ਸਾਰੇ ਸਪਰੇਅ ਕੀਤੇ ਹੋਏ ਨੇ, ਲੋੜ ਮੁਤਾਬਕ ਜਿਹੜੀ ਵੀ ਸਾਨੂੰ ਜ਼ਰੂਰਤ ਜਾਪਦੀ ਉਹਦੀ ਸਪਰੇਅ ਅਸੀਂ ਕਰ ਦਿੰਦੇ ਹਾਂ। ਤੁਸੀਂ ਇੱਥੇ FMC ਦੀ ਲੀਜੈਂਡ ਵੀ ਕਰ ਸਕਦੇ ਹੋ, ਪਰ ਜਦੋਂ ਹੁਣ ਸਪਰੇਅ ਕਰਨੀ ਹੈ ਨਾ, ਬਹੁਤ ਲੋਕ ਕਹਿਣਗੇ ਕਿ ਸਾਨੂੰ ਰਿਜ਼ਲਟ ਨਹੀਂ ਮਿਲਦਾ, ਰਿਜ਼ਲਟ ਨਹੀਂ ਮਿਲਦਾ। ਰਿਜ਼ਲਟ ਇਸ ਚੀਜ਼ ਦਾ, ਦਾਣਾ ਭਰਨ ਵਾਲਾ ਰਿਜ਼ਲਟ ਉਸ ਟਾਈਮ 'ਤੇ ਮਿਲੂਗਾ ਜੇ ਤੁਹਾਡੇ ਖੇਤਾਂ ਦੇ ਵਿੱਚ ਨਮੀ ਹੋਵੇ। ਜਾਂ ਤਾਂ ਤੁਸੀਂ ਸਪਰੇਅ ਕਰਕੇ ਤੁਰੰਤ ਪਿੱਛੋਂ ਪਾਣੀ ਲਾ ਦਿਓ, ਜਾਂ ਪਾਣੀ ਲਾਉਣ ਤੋਂ 1-2 ਦਿਨ ਬਾਅਦ ਸਪਰੇਅ ਕਰੋ, ਫਿਰ ਤੁਹਾਨੂੰ ਜਿਹੜੇ ਦਾਣੇ ਭਰਨ ਵਾਲੀਆਂ ਦਵਾਈਆਂ ਦੇ ਰਿਜ਼ਲਟ ਮਿਲਣੇ, ਜਿਹੜੀ ਮਰਜ਼ੀ ਦਾਣਾ ਭਰਨ ਵਾਲੀ ਦਵਾਈ ਕਰ ਲਓ। ਜੇ ਤੁਹਾਡੇ ਖੇਤ ਦੇ ਵਿੱਚ ਨਮੀ ਹੈ ਤਾਂ ਫਿਰ ਦਾਣਾ ਭਰਨ ਵਾਲੀ ਦਵਾਈ ਨੇ ਰਿਜ਼ਲਟ ਦੇਣਾ, ਉੱਦਾਂ ਦਵਾਈ ਨੇ ਰਿਜ਼ਲਟ ਨਹੀਂ ਦੇਣਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ। ਇਹ ਜਿਹੜਾ ਸਾਡਾ ਪ੍ਰੈਕਟੀਕਲ ਕੀਤਾ ਹੋਇਆ ਫਾਰਮੂਲਾ ਹੈ ਜੀ, ਕਿਉਂਕਿ DAP ਵੀ 30-35 ਦਿਨਾਂ ਬਾਅਦ ਕੰਮ ਕਰਨਾ ਬੰਦ ਕਰ ਦਿੰਦੀ ਹੈ, ਜ਼ਮੀਨ ਦੇ ਵਿੱਚ ਉਹ ਸਟੋਰ ਅਨਅਵੇਲੇਬਲ ਫਾਰਮੂਲੇਸ਼ਨ 'ਚ ਕਨਵਰਟ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਸਾਰੇ ਤੱਤ ਉੱਤੋਂ ਥੋੜ੍ਹੀ ਥੋੜ੍ਹੀ ਮਾਤਰਾ ਦੇ ਵਿੱਚ ਦੇਣੇ ਪੈਣਗੇ ਜੀ। ਤੁਸੀਂ ਇਸ ਟਾਈਮ 'ਤੇ, ਫਿਰ ਮੈਂ ਰਿਪੀਟ ਕਰ ਰਿਹਾ ਕਿ ਲੀਜੈਂਡ ਕਰ ਸਕਦੇ ਹੋ ਜੀ, 12-5-27 ਕਰ ਸਕਦੇ ਹੋ, 13-045 ਕਰ ਸਕਦੇ ਹੋ, ਤੁਸੀਂ ਜੀ 0-050 ਕਰ ਸਕਦੇ ਹੋ, ਤੁਸੀਂ ਕੈਲਸ਼ੀਅਮ ਨਾਈਟ੍ਰੇਟ ਵੀ ਐਡ ਕਰ ਸਕਦੇ ਹੋ, 0-5-34 ਪਲੱਸ ਬੋਰੋਨ ਦੀ ਵੀ ਸਪਰੇਅ ਕਈ ਮਿੱਤਰ ਬੇਲੀ ਕਰਦੇ ਆ, ਅਤੇ ਕਈ ਸਾਡੇ ਸੱਜਣਾ ਜਿਹੜੀ ਆਖਰੀ ਪਾਣੀ ਦੇ ਨਾਲ, ਆਖਰੀ ਪਾਣੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਯੂਰੀਆ ਦੀ ਬੋਰੀ ਵੀ ਪਾ ਦਿੰਦੇ ਆ ਕਿ ਮਟਰ ਦਾ ਦਾਣਾ ਛੇਤੀ ਭਰੇ, ਬਟ ਇਸ ਵਾਰ ਰੇਟ ਥੋੜ੍ਹਾ ਜਿਹਾ ਘੱਟ ਹੈ, ਇਸ ਕਰਕੇ ਛੇਤੀ ਕਰਨ ਦੀ ਜ਼ਰੂਰਤ ਨਹੀਂ। ਇਸ ਕਰਕੇ ਅਸੀਂ ਹਾਇਰ ਪ੍ਰੋਡਕਸ਼ਨ ਦੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਝਾੜ ਵੱਧ ਜੇ ਅਤੇ ਸਾਡਾ ਜਿਹੜਾ ਦਾਣਾ ਵਾ, ਜਿਹੜਾ ਮਟਰ ਹੈ ਉਹ ਗਲੇ ਨਾ, ਖਰਾਬ ਨਾ ਹੋਏ। ਤਾਂ ਹੁਣ ਕਈ ਬੇਲੀ ਕਹਿਣਗੇ ਕਿ 0-5-34, 0-050 ਜਾਂ ਕੋਈ ਵੀ ਜਿਹੜਾ ਪਾਊਡਰ ਬੇਸ ਜਿਹੜਾ ਆਪਣੇ ਇਸ ਤਰੀਕੇ ਦੇ ਪੈਕਟ ਆਪਾਂ ਨੂੰ ਮਿਲਦੇ 1 ਕਿਲੋ ਵਾਲੇ, ਇਹ ਘੁਲਦੇ ਨਹੀਂ। ਇਸ ਇੱਕ ਪੈਕਟ ਨੂੰ, 1 ਕਿਲੋ ਵਾਲੇ ਪੈਕਟ ਨੂੰ ਘੋਲਣ ਲਈ 6 ਲੀਟਰ ਪਾਣੀ ਚਾਹੀਦਾ ਹੁੰਦਾ ਜੀ। ਇਸ ਗੱਲ ਦਾ ਧਿਆਨ ਰੱਖਿਓ, ਖੁੱਲ੍ਹੇ ਪਾਣੀ ਦੇ ਵਿੱਚ ਇਹਨੂੰ ਘੋਲੋ, 100% ਵਾਟਰ ਸੂਲੇਬਲ ਹੈ, ਘੁਲਣਗੇ। 13-045 ਹੋਏ, 0-5-34 ਹੋਏ, 6 ਲੀਟਰ ਪਾਣੀ 'ਚ ਇੱਕ ਪੈਕਟ ਪਾਓ, 5 ਲੀਟਰ ਪਾਣੀ ਵੀ ਤੁਸੀਂ ਇੱਕ ਪੈਕਟ ਪਾ ਸਕਦੇ ਹੋ, ਅਤੇ ਇਹ ਫਿਰ ਆਰਾਮ ਦੇ ਨਾਲ ਘੁਲ ਜਾਂਦੇ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਜੇ ਤਾਂ ਵੀਡੀਓ ਕਰੀਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਸ਼ੇਅਰ ਜ਼ਰੂਰ ਕਰੋ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।